वाहेगुरु जी का खालसा, वाहेगुरु जी की फतेह। हरियाणा पंजाब भाईचारा जिंदाबाद, हरियाणा पंजाब भाईचारा जिंदाबाद। दोस्तों जिद्दे अपना मोर्चा इत्थे जित के जाणा, अगे तां सरकारां दे हिसाब नाल लोकां नूं चलना पैंदा सी। ਜਿੱਦਣ ਆਪਾਂ ਇੱਥੋਂ ਜਿੱਤ ਕੇ ਜਾਵਾਂਗੇ ਫਿਰ ਲੋਕਾਂ ਦੇ ਹਿਸਾਬ ਨਾਲ ਸਰਕਾਰਾਂ ਨੂੰ ਚੱਲਣਾ ਪਊਗਾ, ਇਹ ਫਿਕਰ ਪਿਆ ਹੋਇਆ ਹੈ ਸਰਕਾਰਾਂ ਨੂੰ। ਉਹ ਤਾਂ ਹੀ ਆਪਣਾ ਇਹ ਮੋਰਚਾ ਖਦੇੜਨਾ ਚਾਹੁੰਦੇ ਆ। ਇਹ ਆਪਣਾ ਮੋਰਚੇ ਨੂੰ ਤੋੜਨ ਦਾ ਉਹਦਾ ਮੇਨ ਕਾਰਨ ਇਹੀ ਆ, ਹੋਰ ਕੋਈ ਕਾਰਨ ਨਹੀਂ। ਕਿਉਂਕਿ ਉਸ ਦਿਨ ਜਿੱਦਣ ਇਸ ਮੋਰਚੇ ਦੀ ਜਿੱਤ ਹੋਈ ਆਪਣੇ ਦੇਸ਼ ਵਿੱਚ, ਸਹੀ ਮਾਇਨੇ ਵਿੱਚ ਉਸ ਦਿਨ ਅਸਲੀ ਲੋਕਤੰਤਰ ਆਉਣਾ, ਉਦੋਂ ਆਉਣਾ ਅਸਲੀ ਲੋਕਤੰਤਰ। ਇਹ ਗੱਲ ਆਪਣੇ ਮਨਾਂ ਵਿੱਚ ਬਾਲ ਲਓ, ਜਿਹੜੇ ਆਪਾਂ ਇੱਥੇ ਜੋੜ ਕੇ ਦੇਖੋ ਆਪਣੇ ਮਨਾਂ ਵਿੱਚ, ਆਪਣੇ ਦਿਮਾਗ 'ਚ ਇਹ ਗੱਲ ਪਾ ਲਓ, ਅਸੀਂ ਆਪਣੇ ਦੇਸ਼ 'ਚ ਲੋਕਤੰਤਰ ਲੈ ਕੇ ਆਉਣਾ, ਲੋਕਤੰਤਰ। ਹੁਣ ਕੋਈ ਗੀਤ ਸੁਣਾ ਲੱਗਾ, ਇਹਦੇ ਵਿੱਚ ਗੱਲਾਂ ਵੀ ਕੰਮਦੀਆਂ ਤੇ ਪੰਜਾਬ ਦੇ ਜਿਹੜੇ ਹੈ ਇਤਿਹਾਸ ਵਾਲੇ ਧਿਆਨ ਨਾਲ ਸੁਣੋ ਜੀ। ਪੰਜਾਬ ਹਰਿਆਣਾ ਸਿਰ ਚੜ੍ਹ ਗਿਆ, ਪੰਜਾਬ ਹਰਿਆਣਾ ਸਿਰ ਚੜ੍ਹ ਗਿਆ, ਦਿੱਲੀ ਵਿੱਚ ਜਨਤਾ ਦਾ, ਦਿੱਲੀ ਵਿੱਚ ਜਨਤਾ ਦਾ ਹਰਿਆ ਗਿਆ, ਦਿੱਲੀ ਵਿੱਚ ਜਨਤਾ ਦਾ ਹਰਿਆ ਗਿਆ, ਫਿਰ ਦਿੱਲੀ ਵਿੱਚ ਜਨਤਾ ਦਾ ਹਰਿਆ ਗਿਆ, ਦਿੱਲੀ ਵਿੱਚ ਜਨਤਾ ਦਾ ਹਰਿਆ ਗਿਆ। ਬਾਕੀ ਦੇ ਸੂਬੇ ਵੀ ਜਗਾ ਦਿੱਤੇ ਨੇ ਕੰਬਲ ਹੈ ਦਿੱਲੀ ਵਾਲੇ ਲਾ ਦਿੱਤੇ ਨੇ, ਬਾਕੀ ਦੇ ਸੂਬੇ ਵੀ ਜਗਾ ਦਿੱਤੇ ਨੇ ਕੰਬਲ ਹੈ ਦਿੱਲੀ ਵਾਲੇ ਲਾ ਦਿੱਤੇ ਨੇ, ਹਿਲਾ ਕੇ ਸਰਕਾਰ ਦੀ ਜਾੜਿਆ ਗਿਆ, ਦਿੱਲੀ ਵਿੱਚ ਜਨਤਾ ਦਾ, ਦਿੱਲੀ ਵਿੱਚ ਜਨਤਾ ਦਾ, ਦਿੱਲੀ ਸਾਰੇ ਲੋ, ਦਿੱਲੀ ਵਿੱਚ ਜਨਤਾ ਦਾ, ਉਹ ਫਿਰ ਦਿੱਲੀ ਵਿੱਚ ਜਨਤਾ ਦਾ। ਆ ਗਿਆ ਕਿ ਨਹੀਂ ਆ ਗਿਆ? ਆ ਗਿਆ। ਇੱਕ ਅਸੀਂ ਸਭ ਨੂੰ ਦਿਖਾ ਦਿਆਂਗੇ, ਦਾਲ ਤੇ ਸਾਰਾ ਕੁਝ ਲਾ ਦਿਆਂਗੇ, ਇੱਕ ਅਸੀਂ ਸਭ ਨੂੰ ਦਿਖਾ ਦਿਆਂਗੇ, ਦਾਲ ਤੇ ਸਾਰਾ ਕੁਝ ਲਾ ਦਿਆਂਗੇ, ਹੱਥ ਛੋਟਾ ਭਾਈ ਵੱਡੇ ਦਾ ਹੱਥ ਆ ਗਿਆ, ਦਿੱਲੀ ਵਿੱਚ ਜਨਤਾ ਦਾ, ਦਿੱਲੀ ਵਿੱਚ ਜਨਤਾ ਦਾ, ਦਿੱਲੀ ਵਿੱਚ ਜਨਤਾ ਦਾ, ਫਿਰ ਦਿੱਲੀ ਵਿੱਚ ਜਨਤਾ ਦਾ ਹਰਿਆ ਗਿਆ। ਮੋਢੀਆਂ ਸਾਂਝੇ ਤੋੜਨੀ ਨਹੀਂ, ਗੱਲ ਇੱਕ ਦੂਜੇ ਦੀ ਹੈ ਮੋੜਨੀ ਨਹੀਂ, ਮੋਢੀਆਂ ਸਾਂਝੇ ਤੋੜਨੀ ਨਹੀਂ, ਗੱਲ ਇੱਕ ਦੂਜੇ ਦੀ ਹੈ ਮੋੜਨੀ ਨਹੀਂ, ਜਮਸ਼ੇਰੀਆ ਕਟਾਉਣ ਲਈ ਧਰਿਆ ਗਿਆ, ਦਿੱਲੀ ਵਿੱਚ ਜਨਤਾ ਦਾ, ਦਿੱਲੀ ਵਿੱਚ ਜਨਤਾ ਦਾ ਹਰਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਹੁਣ ਵਰਿੰਦਰ ਵਿਸ਼ੇਸ਼ ਜੀ ਜੋ ਹਰਿਆਣਾ ਸੰਬੰਧਿਤ ਆ, ਉਹ 3 ਮਿੰਟ ਵਾਸਤੇ ਗੱਲ ਕਹਿਣਗੇ। ਹਰਿਆਣਾ ਕੀ ਇਸ ਧਰਤੀ ਪਰ ਹਿੰਦੁਸਤਾਨ ਕੇ ਕੋਨੇ ਕੋਨੇ ਸੇ ਆਏ ਹੋਏ ਕਿਸਾਨੋ ਕੋ ਮੇਰਾ ਨਮਸਕਾਰ ਹੈ ਕਿ ਆਜ ਜਿਸ ਪ੍ਰਕਾਰ ਅੰਗਰੇਜ਼ੋ ਨੇ ਹਿੰਦੁਸਤਾਨ ਕੀ ਕਿਸਾਨੀ ਲੂਟਨੇ ਕੇ ਲੀਏ 1906 ਮੇ ਕਾਲੇ ਤੀਨ ਕਾਨੂੰਨ ਲਾਏ ਥੇ, ਤੋ ਜਬ ਵੀ ਆਗ ਪੰਜਾਬ ਸੇ ਲਗੀ ਥੀ ਔਰ ਬਾਬਾ ਸਰਦਾਰ ਅਜੀਤ ਸਿੰਘ ਜੀ ਕੇ ਨੇਤ੍ਰਤਵ ਮੇ ਹਮਨੇ ਵੋ ਲੜਾਈ ਜੀਤੀ ਥੀ, 9 ਮਹੀਨੇ ਮੇ ਜੀਤੀ ਥੀ। ਅਭੀ ਤੋ ਮੋਦੀ ਡਰ ਮਤ, ਹਮੇ 9 ਮਹੀਨੇ ਕਾ ਪੁਰਾਣਾ ਐਕਸਪੀਰੀਅੰਸ ਹੈ, ਹਮ ਜੀਤ ਕੇ ਜਾਏਂਗੇ। ਔਰ ਦੂਸਰੀ ਬਾਤ, ਆਜ ਮੈਂ ਕਹਿਣਾ ਚਾਹਤਾ ਹੂੰ, ਤਿਰੰਗੇ ਕੀ ਜੋ ਕਹੀ ਜਾਤੀ ਹੈ, ਮੋਦੀ ਔਰ ਆਰਐਸਐਸ ਬੀਜੇਪੀ ਸੁਣ ਲੋ, ਹਰਿਆਣਾ ਪੰਜਾਬ ਔਰ ਕਿਸਾਨ ਕੀ ਮਾਓ ਨੇ ਹਮੇ ਵੋ ਦੂਧ ਪਿਲਾਇਆ ਹੈ ਕਿ ਭਾਰਤ ਮਾਂ ਕੀ ਤਰਫ ਜਬ ਵੀ ਕਿਸੀ ਨੇ ਦੇਖਾ ਹੈ, ਹਮ ਜੀਤ ਕੇ ਆਏ, ਨਹੀਂ ਤੋ ਆਪਣੇ ਉੱਪਰ ਕਫਨ ਤਿਰੰਗੇ ਕਰ ਲਾਏ ਹੈ, ਯੇ ਬਤਾਈਏ ਹਮੇ ਤਿਰੰਗਾ ਕਿਆ ਹੈ। ਔਰ ਮੈਂ ਆਪਣੇ ਵੀਰੋ, ਮੇਰੇ ਸਾਹਮਣੇ ਮੈਂ ਬਚਪਨ ਸੇ ਆਜ 42 ਸਾਲ ਕਾ ਹੋ ਗਿਆ ਹੂੰ, ਜਬ ਵੀ ਕੋਈ ਲੜਾਈ ਜੀਤਨੇ ਕੀ ਅਗਰ ਕਰਨੇ ਕੀ ਬਾਤ ਆਈ ਤੋ ਬਾਗਾ ਵਾਲੇ ਕਾ ਫੋਟੋ ਮੇਰੇ ਸਾਹਮਣੇ ਆਇਆ, ਔਰ ਮੈਨੇ ਸੋਚਾ ਕਿ ਜਬ ਵੀ ਲੜੂੰਗਾ ਤੋ ਭਗਤ ਸਿੰਘ ਕੀ ਤਰ੍ਹਾਂ ਲੜੂੰਗਾ ਕਿ ਮੇਰੀ ਮਾਂ ਨੂੰ ਪਤਾ ਚੱਲੇ ਕਿ ਮੈਨੇ ਫਾਂਸੀ ਖਾਈ ਤੇ ਰੋ ਲਈ, ਮੇਰੀ ਮਾਂ ਨੂੰ ਦੁੱਧ ਪਿਲਾਇਆ ਤੁਹਾਨੂੰ ਕਿ ਕੋਈ ਵੀ ਤਾਕਤ ਤੁਹਾਨੂੰ ਫਾਂਸੀ ਖਾਣ ਦੇ ਵਕਤ ਵੀ ਰੋਤਾ ਨਹੀਂ ਦੇਖ ਸਕਦੀ।
और जब भी आपको मन में शंका हो तो बाबा अजीत सिंह, बाबा जोरावर सिंह को याद कर लेना, कभी दिक्कत नहीं आएगी। और एक बार जयकारा कर दो, मोदी नु पता लग जाए वाहेगुरु जी का खालसा, वाहेगुरु जी का खालसा, जय हिंद, जय भारत, जय किसान। समय च गल कह मेरे वालों धन्यवाद डॉक्टर सतनाम सिंह अजनाला जी।